ਹੈਲੋ ਫਰੈਂਡ, ਗੁੱਡ ਮੋਰਨਿੰਗ ਸਾਰਿਆਂ ਨੂੰ। ਅਮਨ ਸਾਡਾ ਰੇਡੀ ਹੋਣ ਲੱਗਿਆ, ਤਿਆਰ ਨਵੇਂ ਸਾਡਾ ਉੱਠ ਗਿਆ, ਟੁੱਟਦੇ ਸਿਰੀ ਸ਼ਰਾਰਤਾਂ ਸ਼ੁਰੂ ਹੋ ਗਿਆ, ਡੋਗੇ ਨਾਲ ਪੰਗੇ ਲੈਣੇ ਸ਼ੁਰੂ ਹੋ ਗਏ, ਕਿਉਂਕਿ ਠੰਡ ਵਿੱਚ ਵੀ ਅੰਦਰ ਨਹੀਂ ਬੈਠਦਾ ਅਤੇ ਸਕੂਲ ਜਾਣ ਲਈ ਵੀ ਰੇਡੀ ਹੋ ਗਿਆ। ਅਤੇ ਦੇਖ ਲਓ ਭੰਗੜਾ ਪਾ ਰਿਹਾ, ਕਿਸ ਤਰ੍ਹਾਂ ਸ਼ਰਾਰਤਾਂ ਕਰਦਾ ਪਿਆ, ਅਤੇ ਸਕੂਲੋਂ ਵਾਪਿਸ ਆ ਗਿਆ ਹੈ। ਅਤੇ ਆਉਂਦਿਆਂ ਸਿਰੀ ਆਪਣਾ ਟਿਫਨ ਖੋਲ੍ਹ ਕੇ ਬੈਠ ਗਿਆ ਅਤੇ ਬੋਤਲ ਨਾਲ ਪੰਗੇ ਲੈ ਰਿਹਾ। ਅਤੇ ਉੱਥੇ ਇਹਦਾ ਲੰਚ ਵੀ ਤਿਆਰ ਹੋ ਗਿਆ ਹੈ। ਅਤੇ ਬਾਅਦ 'ਚ ਪਟਾਕੇ ਚਲਾਉਣ ਲਈ ਬੈਠ ਗਿਆ, ਕਹਿੰਦਾ ਮੰਮਾ ਬਿਜਲੀ ਬੰਬ ਚਲਾਉਣੇ ਹੈ, ਵੇਖ ਲਓ ਡਰ ਨਹੀਂ ਇਹਨੂੰ ਲੱਗਦਾ ਬਿਜਲੀ ਬੰਬ ਚਲਾਉਣ ਲੱਗੇ। ਅਤੇ ਉਸ ਤੋਂ ਫਿਰ ਚੀਜ਼ੀ ਲੈ ਆਇਆ ਅਤੇ ਗੋਲੇ ਚੱਕ ਲਿਆਇਆ ਆਪਣੇ ਚਾਚੂ ਦੇ ਨਾਲ, ਅਤੇ ਗੁੱਲਾਂ ਦੇ ਲਿਪਸਟਿਕ ਲਗਾ ਰਿਹਾ ਅਤੇ ਉਹ ਸਾਡੇ ਇੱਥੇ ਗਾਣਾ ਖੇਡਣ ਲੱਗ ਗਿਆ, ਕਾਰ ਦੇ ਆਲੇ ਦੁਆਲੇ ਖੇਡਣ ਲੱਗ ਗਿਆ। ਅਤੇ ਬਹੁਤ ਪੰਗੇ ਲੈਂਦਾ ਅਤੇ ਆਹ ਬੱਜਰੀ ਨਾਲ ਪੰਗੇ ਲੈ ਰਹੇ ਆ, ਬੱਜਰੀ ਚੱਕ ਚੱਕ ਕੇ ਉੱਥੇ ਪਲਾਟ 'ਚ ਸੱਟੇ ਜਾਂਦੇ ਪਏ ਆ, ਕਦੀ ਹੋਰ ਸਵਿੱਚ ਭਰ ਜਾਂਦਾ ਪਿਆ ਸੀ। ਅਤੇ ਆ ਫਿਰ ਰੋਣ ਦੀ ਤਿਆਰੀ ਵਿੱਚ, ਕਹਿੰਦਾ ਮੰਮਾ ਮੈਨੂੰ ਚੀਜ਼ੀ ਲੈ ਕੇ ਦਿਓ। ਅਤੇ ਬਹੁਤ ਜ਼ਿਆਦਾ ਤੰਗ ਕਰਦਾ ਅਤੇ ਨਾਲ ਜੋ ਜੋ ਕਰਦਾ ਪਿਆ, ਆਪਣੇ ਪਾਪਾ ਦੀ ਰੀਸ ਕਰਦੇ, ਕਿਉਂਕਿ ਪਾਪਾ ਵੀ ਕਹਿੰਦੇ ਐਵੇਂ ਜੋ ਜੋ ਕਰਦੇ ਨੇ। ਅਤੇ ਉੱਥੋਂ ਦੇ ਪਾਪਾ ਵੀ ਆ ਗਏ ਅਤੇ ਪਾਪਾ ਨੂੰ ਵੀ ਘੇਰਾ ਪਾ ਲਿਆ, ਕਹਿੰਦਾ ਪਾਪਾ ਮੈਨੂੰ ਚੀਜ਼ੀ ਲੈ ਕੇ ਦਿਓ, ਬਾਈਕ ਬਾਹਰ ਨਿਕਾਲੋ, ਕਿਉਂਕਿ ਜਦੋਂ ਵੀ ਜੋਬ ਤੋਂ ਆਉਂਦੇ ਅੰਦਰ ਬਾਈਕ ਨਹੀਂ ਕਰਨ ਦਿੰਦਾ, ਅਤੇ ਅੱਜ ਸੁੱਤਾ ਪਿਆ ਸੀ ਤਾਂ ਕਰਕੇ ਇਹਨਾਂ ਨੇ ਅੰਦਰ ਬਾਈਕ। ਦੇਖ ਲਓ ਉਹਨੇ ਪਾਪਾ ਨਾਲ ਚੀਜ਼ੀ ਲੈ ਆਇਆ, ਬਹੁਤ ਜ਼ਿਆਦਾ ਤੰਗ ਕਰਦਾ ਹੈ, ਠੰਡ ਵਿੱਚ ਚੀਜ਼ੀ ਲੈਣੀ ਬੰਦ ਨਹੀਂ ਕਰਦਾ। ਅਤੇ ਮੈਗੀ ਦੇ ਪੈਕਟ ਲੈ ਕੇ ਆਇਆ ਹੈ ਅਤੇ ਕਹਿੰਦਾ ਪਾਪਾ ਮੈਨੂੰ ਮੈਗੀ ਬਣਾ ਕੇ ਦਿਓ। ਅਤੇ ਪਾਪਾ ਨੇ ਆਉਂਦਿਆਂ ਸਿਰ ਦੀ ਮੈਗੀ ਬਣਾਉਣੀ ਸ਼ੁਰੂ ਕਰ ਦਿੱਤੀ, ਅਤੇ ਕਿਉਂਕਿ ਮੈਗੀ ਬਹੁਤ ਟੇਸਟੀ ਬਣਾਉਂਦਾ ਹੈ ਅਮਨ, ਅਤੇ ਸਾਡੀ ਮੈਗੀ ਵੀ ਰੇਡੀ ਹੋ ਗਈ ਹੈ, ਅਤੇ ਅਸੀਂ ਫਿਰ ਦੋਨਾਂ ਨੇ ਮੈਗੀ ਖਾ ਦਿੱਤੀ, ਆਰਨਾਮ ਚੀਜ਼ੀ ਖਾ ਰਿਹਾ। ਉਸ ਤੋਂ ਬਾਅਦ ਸਾਡੀ ਰੋਟੀ ਵੀ ਤਿਆਰ ਹੋ ਗਈ ਰਾਤ ਦੀ, ਅਤੇ ਆਰਨਾ ਵੀ ਜੋ ਜੋ ਕਰਦਾ ਵਾ, ਕਿਉਂਕਿ ਸੌਣ ਦੀ ਤਿਆਰੀ ਵਿੱਚ ਅਤੇ ਅਮਨ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ। ਵੀਡੀਓ ਲਾਈਕ ਕਰ ਦੇਣਾ।